जी मिनिस्टर राजनसानी, स्वागत है आप जी का प्रोग्राम शामिल होने ਲਈ। थैंक यू जी, प्यार भरी सत श्री अकाल जी सारे श्रोतियों ਨੂੰ, एंड ऑलवेज प्लेजर टू जॉइन यू। यू आर ऑलवेज वेलकम मिनिस्टर राजनसानी। सो मेरा पहला सवाल यह है, हाल ही ਦੇ ਵਿੱਚ ਤੁਸੀਂ ਟਰੱਕਿੰਗ ਇੰਡਸਟਰੀ ਦੇ ਨਾਲ ਟਾਊਨ ਹਾਲ ਮੀਟਿੰਗ ਕੀਤੀ ਸੀਗੀ, ਇਸ ਦੇ ਬਾਰੇ ਕੀ ਫੀਡਬੈਕ ਮਿਲਿਆ, ਇਸ ਬਾਰੇ ਦੱਸੋ। ਬਹੁਤ ਹੀ ਅੱਛਾ ਫੀਡਬੈਕ ਮਿਲਿਆ ਹੁਣ ਇਸ ਮਹਿਕਮੇ ਤੇ ਆਉਣ ਤੋਂ ਪਹਿਲਾਂ ਆਈ ਵਾਜ਼ ਇਨ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਸ, ਜੋ ਪਹਿਲੇ ਮਿਨਿਸਟਰ ਸਨ ਉਹਨਾਂ ਨੇ ਵੀ ਕਾਫੀ ਸਾਰੀ ਟਾਊਨ ਹਾਲ ਰੱਖੇ ਸੀ, ਪਰ ਮੈਨੂੰ ਲੱਗ ਰਿਹਾ ਸੀ ਕਿ ਆਈ ਨੀਡ ਟੂ ਡੂ ਸਮ ਮੋਰ ਵਰਕ ਇਨ ਦਿਸ ਰਿਗਾਰਡ, ਕਿਉਂਕਿ ਇੱਕ ਤਾਂ ਹੈ ਜਦੋਂ ਤੁਸੀਂ ਸਾਰਿਆਂ ਨੂੰ ਬੁਲਾਉਂਦੇ ਹੈਗੇ ਆ ਤਾਂ ਇੱਕ ਇੱਕ ਕਰਕੇ ਆਪਣੇ ਲੋਕ ਆਪਣੀਆਂ ਸਟੋਰੀਜ਼ ਦੱਸਦੇ ਰਹਿੰਦੇ ਹੈਗੇ ਆ, ਪਰ ਜਦੋਂ ਤੁਸੀਂ ਆਪਣੀ ਭਾਸ਼ਾ ਵਿੱਚ ਵੀ ਗੱਲ ਕਰ ਸਕਦੇ ਆ ਕਾਫੀ ਫਰਕ ਪੈਂਦਾ ਆ। ਹੁਣ ਇਹ ਜਿਹੜਾ ਟਾਊਨ ਹਾਲ ਹੈਗਾ ਸੀ ਇਟ ਵਾਜ਼ ਆਲ ਇਨ ਇੰਗਲਿਸ਼, ਪਰ ਜਿਹੜੇ ਸਾਡੇ ਅਲਬਰਟਾ ਵਾਸੀ ਹੈਗੇ ਆ ਆਲ ਅਕ੍ਰੋਸ ਦ ਪ੍ਰੋਵਿੰਸ ਆਫ ਅਲਬਰਟਾ, ਤਕਰੀਬਨ 400 ਤੋਂ ਜ਼ਿਆਦਾ ਰਜਿਸਟਰਡ ਸਨ, ਤਾਂ ਇੱਕ ਇੱਕ ਕਰਕੇ ਸਾਰਿਆਂ ਨੇ ਆਪਣੇ ਐਕਸਪੀਰੀਅੰਸਿਸ ਬਾਰੇ ਗੱਲ ਕੀਤੀ, ਖਾਸ ਕਰਕੇ ਅਬਾਊਟ ਇੰਸ਼ੋਰੈਂਸ ਰੇਟਸ ਐਂਡ ਅਬਾਊਟ ਰੈਸਟ ਸਟਾਪਸ। ਸੋ ਮੈਨੂੰ ਅੱਛਾ ਲੱਗਿਆ ਸੀ ਕਿਉਂਕਿ ਪੀਪਲ ਵਾਂਟ ਟੂ ਬੀ ਏਬਲ ਟੂ ਸ਼ੇਅਰ ਵਟ ਦੇ ਆਰ ਐਕਸਪੀਰੀਅੰਸਿੰਗ, ਤੇ ਕਈ ਵਾਰੀ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਜਦੋਂ ਸਰਕਾਰ ਨਾਲ ਤੁਸੀਂ ਗੱਲ ਕਰਨੀ ਹੈਗੀ ਆ ਤੁਸੀਂ ਕਿਵੇਂ ਤੁਸੀਂ ਗੱਲ ਕਰ ਸਕਦੇ ਆ। ਸੋ ਇਹ ਮਕਸਦ ਸੀਗਾ ਫੋਰ ਦ ਟਾਊਨ ਹਾਲ। ਸੋ ਮੋਸਟਲੀ ਉਹਨਾਂ ਨੇ ਇੰਸ਼ੋਰੈਂਸ ਬਾਰੇ ਆਪਣੀ ਸਮੱਸਿਆ ਦੱਸੀ, ਅਤੇ ਹੋਰ ਜਿਹੜੇ ਜਦੋਂ ਇਹ ਲੰਮੇ ਰੂਟ 'ਤੇ ਜਾਂਦੇ ਨੇ ਇਸ ਦੌਰਾਨ ਇਹਨਾਂ ਨੂੰ ਕੋਈ ਅਜਿਹੀ ਸਮੱਸਿਆ ਜੋ ਤੁਹਾਡੇ ਨਾਲ ਕੰਸਰਨ ਹੋਵੇ? ਸੋ ਦ ਮੇਨ ਇਸ਼ੂਜ ਜਿਵੇਂ ਮੈਂ ਕਹਿ ਰਹੀ ਸੀ, ਇੱਕ ਤਾਂ ਇੰਸ਼ੋਰੈਂਸ ਪ੍ਰੀਮੀਅਮਸ ਬਾਰੇ ਗੱਲ ਕਰ ਰਹੇ ਸੀਗੇ, ਐਂਡ ਜਿਹੜੇ ਸਾਡੇ ਟਰੱਕਰਸ ਹੈਗੇ ਆ ਉਹ ਕਹਿ ਰਹੇ ਸੀ ਕੋਵਿਡ ਦੇ ਟਾਈਮ 'ਤੇ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਸੀਗਾ ਕਿਉਂਕਿ ਕੋਈ ਬਾਥਰੂਮ ਦੀ ਫੈਸਿਲਿਟੀ ਨਹੀਂ ਸੀ ਹੈਗੀ, ਐਂਡ And there were a few ladies who were on the line too, kare si ke sade waste separate koi facilities hai nahi sigiyan, so unhone zikr kita si ke jehde US vich rest stops hege a that they are very sophisticated and very fine, ke shayad sanu us wal dhyan dena chahida hai, we need more rest stops. So eh bhi ek gal baat hui si, and we had a few driving schools too, oh bhi kare si ke jehdiyan sadiyan policies hegiyan ne about you know looking at manual testing versus automatic testing, usse bari bhi thodi bali gal baat hui thi, but mainly it was class 1 licensing le belt requirements, wo bhi kehte the kafi mehanga program hai ga isse kivein assi afford kar sakde ha. So these were the main issues, and jadon meri hun separately vi meri gal baat hundi hai with trucking companies and truck drivers, same issues on the rende hege ve sanu hol sahulatan chahidiyan hegiyan when we're on the road. Merit program de bare aksar studio ch vi loki jo driving schools wale ne oh complaints karde rehnde ne, so is da ki hal karan ja rahi hai sarkar merit program de jo samasya aa rahi hai? So just to backtrack, assi sare janne hegiyan ki saadi labor shortage chal rahi hegi a, jadon tusi ਟਰੱਕਿੰਗ ਕੰਪਨੀਜ਼ ਨਾਲ ਵੀ ਗੱਲ ਕਰਦੇ ਆ ਉਹ ਵੀ ਕਹਿੰਦੇ ਵੀ ਬਹੁਤੇ ਔਖਾ ਹੈਗਾ ਸਾਨੂੰ ਬੰਦੇ ਹੀ ਨਹੀਂ ਲੱਭਦੇ ਟੂ ਡਰਾਈਵ ਦ ਟਰੱਕ, ਕਿਉਂਕਿ ਕਲਾਸ 1 ਲਾਇਸੈਂਸ ਇਜ਼ ਐਕਸਪੈਂਸਿਵ, ਐਂਡ ਉਸ ਤੋਂ ਬਾਅਦ ਉਹ ਇੰਸ਼ੋਰੈਂਸ ਕੰਪਨੀਜ਼ ਮੰਗਦੀਆਂ ਹੈਗੀ ਵੀ 3 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ। ਸੋ ਲੇਬਰ ਸ਼ੋਰਟੇਜ ਦੇ ਕਾਰਨ ਅਸੀਂ ਸੋਚ ਰਹੇ ਹਾਂ ਵੀ ਅਸੀਂ ਕਿਵੇਂ ਅਸੀਂ ਹੈਲਪ ਕਰ ਸਕਦੇ ਹਾਂ ਸਾਰਿਆਂ ਨੂੰ। So the class 1 melt program horn cap lagya hoya $10,000 da, and driving schools kehde hege ve it's not enough, it's the same cap lagaya hoya, but jehda assi time assi lagaunde hege assi sikhaunde hege sare nu tusi cap hatao, kyunki we actually spend more time and we should be compensated more. ਪਰ ਜਿਹੜੇ ਸਟੂਡੈਂਟਸ ਹੈਗੇ ਨੇ ਜਿਹੜੇ ਟਰੱਕ ਡਰਾਈਵਰਸ ਹੈਗੇ ਨੇ ਉਹਨਾਂ ਵਾਸਤੇ $10,000 ਦੀ ਰਕਮ ਬਹੁਤ ਜ਼ਿਆਦਾ ਹੈਗੀ ਆ, ਉਹ ਕਹਿੰਦੇ ਵੀ ਤੁਸੀਂ ਸਾਡੀ ਹੈਲਪ ਕਰੋ ਤੁਸੀਂ ਘਟਾਓ। ਹੁਣ ਇੱਕ ਕੰਪਨੀ ਹੈਗੀ ਨਾਟ ਅ ਕੰਪਨੀ ਕੰਸਟਰਕਸ਼ਨ ਕੰਪਨੀ ਐਕਚੁਲੀ, ਉਹ ਮੈਨੂੰ ਕਹਿ ਰਹੀ ਸੀ ਵੀ ਸਾਨੂੰ ਵੀ ਟਰੱਕ ਡਰਾਈਵਰਸ ਚਾਹੀਦੇ ਹੈਗੇ, ਅਸੀਂ ਪੈਸੇ ਦੇਵਾਂਗੇ, ਓਨਟਾਰੀਓ ਵਿੱਚ $2,000 ਵਿੱਚ ਤੁਹਾਨੂੰ ਮਿਲਟ ਦਾ ਪ੍ਰੋਗਰਾਮ ਤੁਸੀਂ ਕਰ ਸਕਦੇ ਆ। ਸੋ
That's not true. Because I investigation, it's pretty competitive. It's anywhere from $5,000 to $8,000. So jada a amount hega, depending on who you talk to, driving schools say it's not enough. Mm-hmm. Students say it's too high. But sarkar valo, asi apne valo, I announced a grant, the driving back to work grant. Jede sade Albertans hege ne jina jina who are unemployed, jo employment insurance collect kar rahe hege, o log is program le apply kar sakde hai, and 90% of the cost will be covered by government. Mm-hmm. Jede commercial drivers ne unna di ki support karan ja rahi hai sarkar? So, jiri sab to vaddi, it's not even a complaint. Jo feedback mil rahe hai gya, ek ta insurance premiums vare gal ho rahi hai that they're too high. Kyunki sade kafi sari commercial drivers hai gine jinna di apniya companies hai gya. And jisna main pehla keh rahi si rest stops si bahut sari hai galla hundiya rehndiya ki we need rest stops. Ek hor gal vi hoi si jadon, not on this town hall, mm-hmm. but jadon meri meeting hoi si, sare apne bhai chare si, actually Gurudwara Sahib meeting hoi si, oh keh rahe si ki kai vari sade naal discrimination vi hundi hai, jadon assi utthe inspection station te jande hege ha, sade trucks nu jyade dhyan dinde hege ha, sanu jyade sawal puchhe jande hege ha. Khas karke at the border on Highway 4 at the Coots border, kende utthe sanu kafi sari takleef hundi hai. So this was another issue that I heard about, and I'm working on this issue right now with our department. Te agla mera sawal hai ladies bare, women back into the workplace de layi ki kuch sarkar valon kita ja reha hai? Ji, hun assi jaande hege haan COVID-19 the pandemic de kaaran kaafi sare sade Albertans experienced unemployment, but it was much more pronounced for women. So jobs economy and innovation unhan ne mere khayal kal parson ne announcement kiti si ki ek grant hege haa for women entrepreneurs, for business women jo unhan nu support je chahidi hove apne business vich, oh grant waste apply kar sakde hege haa. But ladies waste, for the women of Alberta, assi hor vi programs assi announce kar rahe hege haan. And in my ministry, haje meri puri planning nahi hoi, but main vi chahundi haan ki jede sade women who are unemployed, who want to earn a good wage, a good living, ki vi oh vi, they should start thinking about maybe class 1 license as well. So agle saal main soch rahi haan ki shayad I might extend this driving back to work grant, especially designed for women. Ji, Minister Sani, jada BC de vich hada naal khetar prabhavit hoya, sankat khada hoya, us da Alberta de kafi impact vekhan nu mil rya hai, the groceries mehngiyan ho gayan. So supply chain issues de bare ki kehna chahoge tusi is sambandh de vich? Yes, well, kafi sari impacts hai kisi, ik ta sade kafi sade drivers stuck ho gaye sige in BC kyunki sadkan band ho gayi si, major highways were closed, and jede one of the load sige they were stuck as well. So this was a big issue, and bahut sare jede major highways sun they were closed, and Port of Vancouver tak koi gaddi nahi thi ja sakdi, koi rail nahi thi ja sakdi. Hun pichle 3-4 din vich pata chalya ki CP rail is back online, CN is coming back, they're sharing the same rail tracks. Is the sada matlab hega ki jede jeda samaan honda hega truck te jadon oh itthe tak nahi pahunchda fir scarcity ho jandi hai ta kimta vadh jandiyan hegiyan. Inflation is a problem, we know that too. If inflation de naal naal jadon sade tak goods nahi pahunchde oh cheezan mehngiyan ho jandiyan, and we also know ki jede sade highways hege aa in BC vich jo halat hege, it's a very very difficult situation kyunki sade economic corridors hege in Alberta assi vi sochde hege je itthe vi is tarah da koi disaster ho jaye and assi je saman pahunchana hega up to Vancouver, how will we do it? So we're talking about supply chains here. Pehla vi problem si before COVID-19, but COVID-19 to baad e kafi kafi vaddi problem ho chuki hai with cargo
not being unloaded at port. Phir ithe Alberta tak cheezan nahi pahunchdiyan, assi baar nahi pahunch sakde. It's a problem, and we're discussing ways to address it. Minister Sahni, Alberta de vich anti-racism, jo racism diyan ghatnawan bahut vapariyan, khas karke anti-black, Islamophobia, te naal di naal hate crimes vadh rahe ne. Is nu lai ke thodi sarkar ki karn ja rahi hai, khas karke mahilawan de sambandh vich? Han ji, pichle saal when I was in community and social services, tin char incidents hoye san in Edmonton. Ik sa parking lot vich attack hoya si. It was a black African, black women from Africa originally, Muslim women wearing hijab. So see, I'm sure you remember, and it was yes. A mother daughter. Yes, yes. And yeah, us to baad jadon mainu pata lagya, it was a horrific attack. Main community nu phone kita ke main unhan nu puchya ki tusi meri unhan naal gal karao, unhan ne case file kita hega, and oh gal nahi si karna chahnde, kehnde ve sade laye bahut hi aukha time hega, and we are in shock. Us to baad hor sare kafi sare incidents hoye in St. Albert, in Calgary, on the bus in Princess Island Park. Meri apni beti naal vi, yes, main usse gal te aa reha siga, thodi apni beti de naal vi eh kuch vapriya, is bare dasso. Haan ji, so before I get to that, jadon meri community members naal gal hoi si in 2020 of December, kafi sari engagement main kiti si with all kinds of communities. Us time to main soche ve jehdiyan communities hai ye inhan nu jyada support chahiye hai. So I arranged for some grant funding for them. Ms. Dunia Noor, Ms. Wati with Sisters Dialogue. Bahut sariyan sadiyan gallan hoye si, to keh rahe si ve sadi koi help hi nahi kar reha, sade bare kaun soch reha, kyunki you know they're newcomers, they're women from vulnerable communities. And for the grant funding, I gave them to them because they were saying that we will decide what we will do. Our safe walk programs, our mental health supports, we will know the culturally appropriate supports. So I gave them the funding for that. And at that time, they were saying that we will not have any help. Na UCP side to na NDP side to and main gal kar rahi thi kyunki Mr. Baswata ji te jehde sare sun vi rahe hage ya ji, assi we've all experienced discrimination, we know what it feels like, hai na. So when I heard about it, I reached out to them, and coincidentally meri beti naal vi incident hoya in downtown Calgary after I approved the funding. And assi gal kar rahe si ke this happens, and is karke jadon sarkar bandi hai ki it's important to have representation. Kyunki jadon when somebody like me comes into government, main jaandi hai ki saadi communities layi kinna aukha hai ga, ve ethnocultural communities layi kinna aukha hai ga, to unhan nu hor jyada support chahidi hundi hai. So this was the background behind these grants, and I know that Mayor Jyoti Gondek, onene vi isse bare bahut sari gal kiti si during her campaign. Mr. Mayor Amarjeet Sohi also talked about this. Onene pehle din keh dete si ki onene anti-racism the office onene kholni hai gi, and meri zimmedari si ki sare nu ve dasna ki provincially sarkar walon vi bahut sari support aa rahi hai gi. This is one example, but I can give you many examples. ਜੀ, ਅਖੀਰ ਚ ਕੀ ਕਹਿਣਾ ਚਾਹੋਗੇ, ਹੋਰ ਸਾਡੇ ਲਿਸਨਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅਖੀਰ ਚ ਮੈਂ ਕਹਿਣਾ ਚਾਹੁੰਦੀ ਹੈਗੀ ਆ ਕਿ ਜਿਹੜੇ ਸਾਰੇ ਸੁਣ ਰਹੇ ਹੈਗੇ ਆ ਕਿ ਮੈਂ ਤੁਹਾਡੀ ਮਿਨਿਸਟਰ ਹੈਗੀ ਆ, ਪਹਿਲਾਂ ਮੈਂ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਵਿੱਚ ਸੀ, ਐਂਡ ਉੱਥੇ ਮੈਂ ਬਹੁਤ ਸਾਰੀ ਡੋਮੈਸਟਿਕ ਵਾਇਲੈਂਸ ਬਾਰੇ ਗੱਲਾਂ ਕਰਦੀ ਹੁੰਦੀ ਸੀ, ਐਂਡ ਆਈ ਪਾਸ ਲੈਜਿਸਲੇਸ਼ਨ. ਹੁਣ ਮੈਂ ਟਰਾਂਸਪੋਰਟੇਸ਼ਨ ਵਿੱਚ ਆ ਚੁੱਕੀ ਹੈਗੀ ਹਾਂ, ਔਰ ਜੋ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਇਨ ਟਰਾਂਸਪੋਰਟੇਸ਼ਨ, ਇਨ ਟਰੱਕਿੰਗ, ਫੋਰ ਟੈਕਸੀ ਡਰਾਈਵਰਸ, ਫੋਰ ਊਬਰ ਡਰਾਈਵਰਸ, ਫੋਰ ਰੇਲ, ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰਨਾ, ਤੁਸੀਂ ਮੇਰੇ ਦਫ਼ਤਰ ਨੂੰ ਕੋਂਟੈਕਟ ਕਰਨਾ. ਮੈਂ ਹੋਰ ਵੀ ਬਹੁਤ ਸਾਰੇ ਇਨਗੇਜਮੈਂਟ ਸੈਸ਼ਨਸ ਮੈਂ ਲਿਆ ਰਹੀ ਹੈਗੀ ਹਾਂ, ਐਂਡ ਫੋਰ ਆਰ ਡਰਾਈਵਿੰਗ ਸਕੂਲਸ, ਐਂਡ ਫੋਰ ਇੰਸਟਰਕਟਰਸ ਐਂਡ ਐਗਜ਼ਾਮਿਨਰਸ,
ਕਿਉਂਕਿ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਬੜੀ ਜੁੜੀ ਹੋਈ ਹੈਗੀ ਹੈ ਟਰਾਂਸਪੋਰਟੇਸ਼ਨ ਨਾਲ ਐਂਡ ਇਸ ਕਰਕੇ ਜਦੋਂ ਅਸੀਂ ਆਪਣੀ ਭਾਸ਼ਾ ਵਿੱਚ ਅਸੀਂ ਇੱਕ ਦੂਸਰੇ ਨਾਲ ਗੱਲ ਕਰ ਸਕਦੇ ਹਾਂ ਇਟਸ ਈਜ਼ੀਅਰ ਦੈਟ ਵੇ ਸੋ ਐਨੀਬਡੀ ਹੂ ਇਜ਼ ਲਿਸਨਿੰਗ ਆਈ ਵਿਲ ਬੀ ਇਨ ਐਡਮਿੰਟਨ ਇਨ ਜੈਨੁਅਰੀ ਅਗੇਨ ਐਂਡ ਬਹੁਤ ਸਾਰੀਆਂ ਮੀਟਿੰਗ ਮੈਂ ਰੱਖਾਂਗੀ ਇਨ ਦਿਸ ਸਿਟੀ ਇਨ ਦ ਕੈਪੀਟਲ ਸਿਟੀ ਆਫ ਐਲਬਰਟਾ ਵਿਦ ਆਰ ਸਾਊਥ ਏਸ਼ੀਅਨ ਟਰੱਕਰਸ ਐਂਡ ਡਰਾਈਵਿੰਗ ਸਕੂਲਸ ਐਂਡ ਮੈਂ ਤੁਹਾਡੇ ਕੋਲੋਂ ਸੁਣਨਾ ਚਾਹ ਰਹੀ ਹੈਗੀ ਹਾਂ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਦੋਂ ਕੋਈ ਡੇਟ ਫਿਕਸ ਕੀਤੀ ਮੁੜ ਕੇ ਮੀਟਿੰਗ ਰੱਖਣ ਦੀ ਟਰੱਕਰਸ ਦੇ ਨਾਲ ਹਜੇ ਤਾਂ ਡੇਟ ਫਿਕਸ ਕੀਤੀ ਨਹੀਂ ਹੈਗੀ ਪਰ ਜੋ ਸਾਡੀ ਕਮਿਊਨਿਟੀ ਲੀਡਰਸ ਹੈਗੇ ਨੇ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਉਹਨਾਂ ਨੂੰ ਮੈਂ ਇਹ ਜ਼ਿੰਮੇਵਾਰੀ ਦੇਵਾਂਗੀ ਵੀ ਤੁਸੀਂ ਮੀਟਿੰਗ ਰੱਖੋ ਤਾਂ ਮੈਂ ਉੱਥੇ ਪਹੁੰਚ ਜਾਵਾਂਗੀ ਐਂਡ ਆਈ ਵਿਲ ਬੀ ਦੇਅਰ ਟੂ ਲਿਸਨ ਐਂਡ ਟੂ ਸਪੋਰਟ ਮਿਨਿਸਟਰ ਰਾਜਨ ਸਾਹਨੀ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਸ਼ਾਮਲ ਹੋਣ ਲਈ ਤੇ ਇਹ ਜਾਣਕਾਰੀ ਜਨਤਕ ਕਰਨ ਲਈ ਮਿਹਰਬਾਨੀ ਜੀ ਥੈਂਕ ਯੂ ਮਿਸਟਰ ਬਸੋਤਾ ਜੀ ਅਗੇਨ ਆਲਵੇਜ਼ ਅ ਪਲੇਜ਼ਰ ਮਿਹਰਬਾਨੀ